ਸੁਖਪਾਲ ਔਜਲਾ ਜੀ, ਪ੍ਰੋਗਰਾਮ ਟੌਰ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ ਜੀ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ ਜੀ। ਟੌਰ ਪੰਜਾਬ ਦੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਖਪਾਲ ਜੀ, ਮੇਰੇ ਲਈ ਤਾਂ ਹੋਰ ਵੀ ਖੁਸ਼ੀ ਵਾਲੀ ਗੱਲ ਆ, ਕਿਉਂਕਿ ਬੇਮਿਸਾਲ ਤੁਸੀਂ ਲਿਖਿਆ, ਮੈਨੂੰ ਵੀ ਲਿਖਣ ਦਾ ਸ਼ੌਂਕ ਆ, ਅਤੇ ਅੱਜ ਵੱਖਰੇ ਨਜ਼ਾਰਾ ਹੋਊਗਾ ਆਪਣੀ ਗੱਲਬਾਤ ਦਾ, ਅਤੇ ਬੜੇ ਬੇਮਿਸਾਲ ਤੁਸੀਂ ਗੀਤ ਲਿਖੇ ਆ। ਅਤੇ ਆਪਾਂ ਸ਼ੁਰੂਆਤ ਕਰੀਏ ਬਰੀਫ ਦੇ ਵਿੱਚ, ਜਿਹੜਾ ਜਿਹੜੀ ਨਵੀਂ ਪੀੜ੍ਹੀ ਆ ਜਾਂ ਅੱਜ ਦੀ ਪੀੜ੍ਹੀ ਆ, ਕਈ ਵਾਰ ਵਾਕਫ ਨਹੀਂ ਹੁੰਦੀ ਆਰਟਿਸਟ ਤੋਂ, ਥੋੜ੍ਹਾ ਜਿਹਾ ਬਰੀਫ ਦੇ ਵਿੱਚ ਇਹ ਜਾਣਕਾਰੀ ਦਿਓ ਤੁਸੀਂ ਕਿਸ ਏਰੀਏ ਨੂੰ, ਕਿਸ ਜਗ੍ਹਾ ਨੂੰ ਬਿਲੋਂਗ ਕਰਦੇ ਹੋ? ਮੇਰਾ ਪਿੰਡ ਭਾਅ ਜੀ ਬੋਪਾ ਰਹਿ ਕਲਾਂ, ਤਹਿਸੀਲ ਨਕੋਦਰ, ਡਿਸਟ੍ਰਿਕਟ ਜਲੰਧਰ। ਜੀ ਜੀ। ਅਤੇ ਫਿਰ ਹੁਣ ਮੈਂ ਰਹਿੰਦਾ ਅਮੈਰੀਕਾ। ਹਾਂਜੀ, ਪਹਿਲਾਂ ਕੈਲੀਫੋਰਨੀਆ, ਜਿੱਦਾਂ ਕਹਿੰਦੇ ਸਰਕਸ ਵਾਂਗੂ, ਇੱਥੋਂ ਉੱਥੇ ਘੁੰਮਿਆ ਨਹੀਂ ਮੈਂ ਕਿੱਥੇ ਕਿੱਥੇ, ਅਤੇ ਹੁਣ ਬਲੇਨ ਟਿਕਾਣਾ ਹੋ ਗਿਆ ਜੀ ਪੱਕਾ। ਹਾਂਜੀ, ਬਲੇਨ ਰਹਿ ਜਾ ਜੀ। ਸੋ ਸੁਖਪਾਲ ਜੀ, ਇਹ ਜੋ ਲਿਖਣ ਦਾ ਸ਼ੌਂਕ ਹੈ, ਮੈਨੂੰ ਪਤਾ ਤੁਸੀਂ ਗਾਇਆ ਵੀ ਆ, ਐਲਬਮਸ ਵੀ ਤੁਹਾਡੀਆਂ ਪਹਿਲਾਂ ਗੀਤ ਵਗੈਰਾ ਆਏ ਆ, ਇਹ ਕਿਹੜੀ ਚੀਜ਼ ਜ਼ਿਆਦਾ ਭਾਰੂ ਆ ਤੁਹਾਡੇ 'ਤੇ, ਗਾਉਣਾ ਜਾਂ ਲਿਖਣਾ? ਜੇ ਆਪਾਂ ਕਹੀਏ ਭਾਅ ਜੀ, ਕਿਉਂਕਿ ਮੈਨੂੰ ਗਾਉਣ ਦਾ ਸ਼ੌਂਕ ਪਹਿਲਾਂ ਸੀ, ਛੋਟੇ ਹੁੰਦੇ ਤੋਂ ਹੀ ਗਾਉਣ ਦਾ ਸ਼ੌਂਕ ਪਹਿਲਾਂ ਸੀਗਾ, ਪਹਿਲਾਂ ਗਾਉਂਦਾ ਸੀ, ਉਦੋਂ ਬਾਅਦ ਵਿੱਚ ਫਿਰ ਲਿਖਣਾ ਸ਼ੁਰੂ ਕੀਤਾ, ਹੈ ਨਾ। ਫਿਰ ਅਤੇ ਬਾਕੀ ਜਿੱਦਾਂ ਕਹਿੰਦੇ ਵੀ ਪਰਮਾਤਮਾ ਜਿੱਧਰ ਦੀ ਵੀ ਜਿਹੜੇ ਰਾਹ ਵੀ ਲੈ ਕੇ ਜਾਂਦਾ ਆ, ਸੰਤੁਸ਼ਟੀ ਆ, ਜੇ ਇੱਧਰ ਨਹੀਂ ਤਾਂ ਇੱਧਰ, ਠੀਕ ਆ, ਜੋ ਵੀ ਹੈਗਾ ਵਧੀਆ ਲੱਗਦਾ ਆ। ਹੁਣ ਵੀ ਚਲੋ ਲਿਖਣ 'ਚ ਵੀ ਪਹਿਚਾਣ ਇੱਕ ਬਣ ਗਈ ਆ, ਪਰ ਇੱਕ ਗੱਲ ਜ਼ਰੂਰ ਆ, ਜਦੋਂ ਹੁਣ ਆਪਾਂ ਕਹਿ ਲਓ ਫੇਸਬੁੱਕ ਜਿਹੜੀ ਆ ਜਾਂ ਕਿੱਦਾਂ ਇੰਸਟਾਗ੍ਰਾਮ ਜਿਹੜੀ ਆ, ਆਪਾਂ ਲੋਕਾਂ ਇੱਕ ਪਹਿਚਾਣ ਆ, ਹੈ ਨਾ। ਉੱਦਾਂ ਜਿਹੜੀ ਮੇਰੀ ਸੋਚਣੀ ਇਹੀ ਆ ਵੀ ਰਾਈਟਰ ਦੀ ਕੋਈ ਬਹੁਤ ਘੱਟ ਪਹਿਚਾਣ ਆ ਨਾ, ਲੋਕਾਂ ਨਾਮ ਤੋਂ ਵਾਕਫ ਹੁੰਦੇ ਆ ਪਰ ਵਾਈ ਫੇਸ ਬਹੁਤ ਘੱਟ ਪਤਾ ਹੁੰਦਾ। ਸੁਖਪਾਲ ਜੀ, ਜਿਵੇਂ ਕਿ ਗੀਤਕਾਰ ਜਦੋਂ ਗੀਤ ਲਿਖਦਾ ਨਾ, ਕਿਹੋ ਜਿਹਾ ਮਤਲਬ ਐਂਗਲ ਤੋਂ ਤੁਸੀਂ ਲਿਖਣਾ ਚਾਹੁੰਦੇ? ਇੱਕ ਤਾਂ ਇਹ ਹੁੰਦਾ ਨਾ ਵੀ ਕਰ ਦਿਓ ਇਹੋ ਜਿਹਾ ਮਟੀਰੀਅਲ ਜਿਹੜਾ ਚੱਲਣਾ ਚਾਹੀਦਾ, ਜਿਹਨੂੰ ਪਿੱਛੇ ਜਿਹਾ ਸ਼ੋਸ਼ਾ ਵੀ ਕਹਿੰਦੇ ਸੀਗੇ, ਹਾਂਜੀ ਯਾਰ ਇੱਕ ਲੈਣੇ ਆ, ਉਹਦੇ ਆਲੇ ਦੁਆਲੇ ਜਿੱਦਾਂ ਮਰਜ਼ੀ ਘੁੰਮਾ ਦਿਓ, ਅੱਜ ਕੱਲ੍ਹ ਬਹੁਤ ਇੱਦਾਂ ਕੰਮ ਚੱਲ ਪਿਆ। ਹਾਂਜੀ, ਇੱਕ ਗੀਤ ਉਹ ਆ ਜਿਵੇਂ ਪੁਰਾਣੇ ਉਸਤਾਦ ਲਿਖਦੇ ਸੀ, ਜਿਵੇਂ ਪੁਰਾਣੇ ਬਾਬੂ ਸਿੰਘ ਮਾਨ ਸਾਹਿਬ, ਗੁਰਦੀਪ ਸਿੰਘ ਮਾਨ ਸਾਡੇ ਉਸਤਾਦ ਜੀ, ਦੇਬੀ ਮਖਸੂਸਪੁਰੀ ਸਾਹਿਬ, ਹਾਂਜੀ ਹਾਂਜੀ, ਉਹ ਬੰਦੇ ਮਤਲਬ ਪੂਰੇ ਗੀਤ ਦੇ ਵਿੱਚ ਸਟੋਰੀ ਬਿਆਨ ਕਰ ਦਿੰਦੇ ਸੀਗੇ। ਹਾਂਜੀ, ਤੁਸੀਂ ਕਿਸ ਚੀਜ਼ ਦੇ ਧਾਰਨੀ ਹੋ, ਸਟੋਰੀ ਬਿਆਨ ਕਰਨ ਦੇ ਵਿੱਚ, ਜਿਹਦੇ ਗੀਤ ਦੇ ਵਿੱਚੋਂ ਪੂਰਾ ਹਿਸਟਰੀ ਸਾਹਮਣੇ ਆ ਜਾਏ, ਜਾਂ ਚੱਕਵਾਂ ਜਿਹਾ ਗੀਤ ਕਰ ਦਿਓ, ਹਿੱਟ ਹੋ ਗਿਆ, ਬਸ ਨਾਮ ਬਣਨਾ ਚਾਹੀਦਾ? ਨਹੀਂ, ਮੇਰਾ ਇੱਦਾਂ ਨਹੀਂ ਆ ਜੀ, ਮੈਂ ਕਿਉਂਕਿ ਦੇਬੀ ਮਖਸੂਸਪੁਰੀ ਸਾਹਿਬ ਉਸਤਾਦ ਆ ਜੀ ਮੇਰੇ ਜੀ ਲਿਖਣ ਵਿੱਚ, ਅਤੇ ਜੋ ਵੀ ਅੱਜ ਤੱਕ ਲਿਖਿਆ ਆ ਉਹਨਾਂ ਨੂੰ ਅੰਗ ਸੰਗ ਕਹਿ ਲਓ ਵੀ ਰੱਖ ਕੇ ਲਿਖਿਆ ਆ, ਅਤੇ ਗੀਤ ਦੀ ਇੱਕ ਸਟੋਰੀ ਜਿੱਥੋਂ ਸ਼ੁਰੂ ਹੋਇਆ ਉਹ ਐਂਡ ਤੱਕ ਨਿਭਣਾ ਚਾਹੀਦਾ ਪੂਰਾ, ਹੈ ਨਾ, ਫਿਰ ਵਧੀਆ ਲੱਗਦਾ ਆਪਾਂ ਨੂੰ ਤਾਂ। ਜੋ ਵੀ ਅੱਜ ਤੱਕ ਲਿਖਿਆ ਆ, ਜਿੰਨਾ ਵੀ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਆ, ਸਰੋਤਿਆਂ ਵੱਲੋਂ ਪਿਆਰ ਮਿਲਿਆ ਆ, ਮਹਿਸੂਸ ਜਾਂ ਮਿੱਤਰਾਂ ਦੇ ਪਿੰਡ ਆ ਕੇ ਗਈਆਂ, ਸਾਰੇ ਗੀਤ ਜੋ ਵੀ ਹੈਗਾ ਸਟੋਰੀ ਲੱਗਦੇ। ਹਾਂਜੀ। ਸੋ ਕਦੀ ਇਹੋ ਜਿਹੀ ਸਮੱਸਿਆ ਆਉਂਦੀ ਹੋਵੇ ਜਦੋਂ ਕੋਈ ਤੁਸੀਂ ਗੀਤ ਸ਼ੁਰੂ ਕੀਤਾ ਹੋਵੇ, ਗੀਤ ਬਹੁਤ ਵੱਡਾ ਹੋਵੇ, ਮੰਨ ਲਓ ਪਿੱਛੇ ਜਿਹੇ ਮਿੱਤਰਾਂ ਦੇ ਪਿੰਡ ਆ ਕੇ ਗਈ ਆ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਕਦੀ ਕਾਫੀ ਦੀ ਪ੍ਰੋਬਲਮ ਪੈ ਗਈ, ਤੁਹਾਨੂੰ ਬਹੁਤ ਜ਼ਿਆਦਾ ਸਟ੍ਰੈਸ ਹੋਈ ਹੋਵੇ, ਯਾਰ ਇਹ ਕਿਉਂ ਨਹੀਂ ਬਣਦਾ, ਲਫ਼ਜ਼ ਕਿਉਂ ਨਹੀਂ ਲੱਭਦਾ, ਕਿੰਨੀ ਕੁ ਡਰੀਆਂ ਮਾਰੀਆਂ ਤੁਸੀਂ, ਕੋਈ ਇਹੋ ਜਿਹਾ ਗੀਤ ਦੱਸੋ। ਨਹੀਂ, ਇੱਦਾਂ ਹੋਈ ਨਹੀਂ ਭਾਅ ਜੀ ਕਦੇ। ਅੱਛਾ ਜੀ। ਇੱਦਾਂ ਬਾਬੇ ਦੀ ਮਿਹਰ ਰਹੀ ਆ ਪਹਿਲਾਂ ਹੀ, ਜਾਣੀ ਕਾਫੀ ਮਿਲਦੇ ਰਹੇ, ਹੈ ਨਾ, ਕੋਈ ਗੀਤ ਇੰਨਾ ਕੋਈ ਹੋਇਆ ਨੀਗਾ। ਵੀ ਇੱਕ ਵਾਰੀ ਗੀਤ ਸੀਗਾ ਤੇਰੇ ਪਿੱਛੇ ਪਗਲੀ ਹੋ ਗਈ ਮੈਂ, ਉਹ ਗਾਣਾ ਹਾਲੇ ਆਇਆ ਨੀਗਾ ਰਿਕਾਰਡ, ਉਹਦੇ ਜਦੋਂ ਮੈਂ ਲੈਣ ਉਦਾਂ ਹੀ ਦੱਸੀ ਮਨਮੋਹਨ ਭਾਅ ਜੀ, ਮੈਨੂੰ ਕਹਿੰਦੇ ਵੀ ਇਹਦੇ ਕਾਫੀ ਨਹੀਂ ਮਿਲਣੇ, ਪਗਲੀ ਨਾ ਕਿੱਥੇ, ਨਾ। ਹਾਂਜੀ, ਪਰ ਉਹ ਵੀ ਜਿੱਦਾਂ ਅਗਲੀ ਹੋ ਗਈ ਮੈਂ, ਠੀਕ ਹੈ, ਥੋੜ੍ਹਾ ਬਹੁਤਾ ਫੇਗਰਿਸ ਦਾ ਵੀ ਜਿੰਨੀ ਕੁ ਆਉਂਦੀ ਆ ਫਿਰ ਵਿੱਚ ਪਾ ਲਈਦਾ, ਹੈ ਨਾ। ਨਹੀਂ, ਮਾਫ਼ ਕਰਨਾ, ਸਵਾਲ ਤਾਂ ਇਹ ਸੀ ਵੀ ਕਿਤੇ ਲੱਗਿਆ ਵੀ ਜਿੱਦਾਂ ਹੁਣ ਅਗਲੀ ਹੋ ਗਈ ਆ, ਤੁਸੀਂ ਅਗਲੀ ਤੋਂ ਪਹਿਲਾਂ ਸੋਚਿਆ ਯਾਰ ਕੋਈ ਪੰਜਾਬੀ ਦੀ ਗੱਲ ਹੋ ਜਾਏ, ਹਾਂਜੀ, ਜਾਂ ਕੋਈ ਹਿੰਦੀ ਦੀ ਗੱਲ ਹੋ ਜਾਏ ਜਿਹੜੀ ਥੋੜ੍ਹਾ ਜਿਹਾ ਨਾਲ ਮੈਚ ਕਰ ਜਾਏ, ਉਹਦੇ ਵਾਸਤੇ ਮਤਲਬ ਕਾਫੀ ਉੜੇ ਹੋ, ਜਿੱਦਾਂ ਬਈ ਹੋਰ ਲੱਭਾਂ ਕੁਛ ਹੋਰ ਆਵੇ ਜਾਂ ਇੱਦਾਂ? ਨਹੀਂ, ਥੋੜ੍ਹਾ ਦੇਖਿਆ ਵੀ ਨਹੀਂ ਹੋਣੇ, ਨਹੀਂ ਹੁਣ ਵੀ ਆਪਾਂ ਦੇਖ ਲਿਆ ਵੀ ਨਹੀਂ ਯਾਰ, ਹੁਣ ਲੱਗਦਾ ਕੋਈ ਕਾਫੀਆ ਨਹੀਂ ਫਿੱਟ ਬਹਿਣਾ, ਹੈ ਨਾ, ਅਤੇ ਉਹ ਫਿਰ ਉੱਥੇ ਇੰਗਲਿਸ਼ ਦਾ ਵੀ ਪੈ ਜਾਂਦਾ ਫਿਰ ਥੋੜ੍ਹਾ ਬਹੁਤ, ਉਹਨੂੰ ਮਾਡਰਨ ਕਹਿੰਦੇ, ਮਾਡਰਨ ਸ਼ਾਇਰੀ ਕਰਦੇ। ਸੋ ਦੇਬੀ ਭਾਅ ਜੀ ਨੂੰ ਤੁਸੀਂ ਆਪਣੇ ਉਸਤਾਦ ਮੰਨਿਆ? ਹਾਂਜੀ, ਬਹੁਤ ਵੱਡੇ ਸ਼ਹਿਰ ਆ, ਮਤਲਬ ਸਾਡੇ ਲਈ ਵੀ ਉਹ ਉਸਤਾਦਾਂ ਵਰਗੇ ਆ। ਬਿਲਕੁਲ। ਇਹ ਕਿਉਂ, ਤੁਸੀਂ ਤੁਹਾਡੀ ਏਜ ਬਹੁਤ ਯੰਗ ਆ, ਜਿੱਦਾਂ ਤੁਸੀਂ ਤਾਂ ਮੇਰੇ ਤੋਂ ਵੀ ਕਾਫੀ ਛੋਟੇ ਆ, ਪਰ ਦੇਬੀ ਮਖਸੂਸਪੁਰੀ ਸਾਹਿਬ ਵੀ ਤੁਸੀਂ ਕਿਉਂ ਚੁਣਿਆ? ਮੈਂ ਜਦੋਂ ਭਾਅ ਜੀ ਪਹਿਲਾਂ ਤੋਂ ਜਦੋਂ ਮਤਲਬ ਦੇਬੀ ਭਾਈ ਦੇ ਜੋ ਵੀ ਗੀਤ ਹੁੰਦੇ ਸੀਗੇ, ਇੱਕ ਸਾਡੇ ਪਿੰਡ ਮੁੰਡਾ ਹੁੰਦਾ ਸੀਗਾ ਪ੍ਰਦੀਪ ਸ਼ਰਮਾ ਜੀ, ਉਹ ਇਹਨਾਂ ਨੇ ਜਾਣੀ ਕੀਬੋਰਡ ਪਲੇ ਕਰਦੇ ਸੀਗੇ, ਉਹਨੇ ਦੇਬੀ ਭਾਈ ਦੇ ਜੋ ਵੀ ਇਹਨਾਂ ਨੇ ਗਾਉਣਾ ਉਹਨਾਂ ਨੇ ਰਿਕਾਰਡ ਕਰਕੇ ਸੀਡੀਆਂ, ਉਦੋਂ ਸੀਡੀਆਂ ਨਹੀਂ ਹੁੰਦੀਆਂ, ਟੇਪਾਂ ਹੁੰਦੀਆਂ ਸੀਗੀਆਂ ਨਾ, ਕੈਸਟ, ਉਹਨਾਂ ਲੈ ਕੇ ਮੈਨੂੰ ਦੇ ਰਹੇ, ਲਿਆ ਕੇ ਨਾ ਮੈਂ ਉਹ ਸੁਣੀ ਜਾਣੀ, ਅਤੇ ਮੇਰੇ ਡੈਡੀ ਨੇ ਕਹਿਣਾ ਵੀ ਜੇ ਕਾਕਾ ਲਿਖਣਾ ਤਾਂ ਇੱਦਾਂ ਦਾ ਲਿਖੀ, ਵੀ ਆਹ ਗੱਲਬਾਤ ਹੈ, ਅਸਲੀ ਸ਼ਾਇਰੀ ਆਹ ਹੈ ਨਾ, ਜੋ ਵੀ ਗੱਲਾਂ ਬਾਤਾਂ, ਠੀਕ ਹੈ। ਅਤੇ ਫਿਰ ਉੱਥੇ ਮੈਂ ਜਿੱਦਾਂ ਇਹਨਾਂ ਕੋਲ ਗਿਆ ਭਾਅ ਜੀ ਕੋਲ, ਉਹ ਮੁੰਡਾ ਲੈ ਕੇ ਗਿਆ ਸੀ ਮੈਨੂੰ ਭਾਅ ਜੀ ਕੋਲ। ਅੱਛਾ ਜੀ। ਅਤੇ ਉਦੋਂ ਫਿਰ ਸਾਡੀ ਗੱਲਬਾਤ ਹੋ ਗਈ ਭਾਅ ਜੀ ਨਾਲ, ਵੀ ਪਹਿਲਾਂ ਮਿਲੇ ਹਾਂ, ਗੱਲਬਾਤ ਹੋਈ ਆ, ਉਸਤਾਦੀਸ਼ ਕਰਦੀ, ਤਾਂ ਉਹ ਕਹਿੰਦੇ ਵੀ ਮੈਂ ਇਹਨਾਂ ਗੱਲਾਂ 'ਤੇ ਬਿਲੀਵ ਨਹੀਂ ਕਰਦਾ, ਜੇ ਤੇਰੇ ਦਿਲ 'ਚ ਪਿਆਰ ਆ
ਤਾਂ ਆਪ ਹੀ ਬਾਬਾ ਹੋਈ ਮੇਰੇ ਹੀ ਕਰੂ ਹੈ ਨਾ, ਅਤੇ ਵਧੀਆ ਲੱਗਦਾ ਭਾਅ ਜੀ. ਹੁਣ ਵੀ ਅਸੀਂ ਇਕੱਠੇ ਤਕਰੀਬਨ ਵੀਕਐਂਡ 'ਤੇ ਅਸੀਂ ਇਕੱਠੇ ਹੋਈਦਾ ਆ. ਜਦੋਂ ਭਾਜੀ ਹੁਣਾਂ ਨੇ ਆਸ਼ੀਰਵਾਦ ਦੇ ਦਿੱਤਾ ਅਤੇ ਉਸ ਤੋਂ ਬਾਅਦ ਬਾਬੇ ਨੇ ਮਿਹਰ ਕਦੋਂ ਕੀਤੀ? ਬਾਬੇ ਨੇ ਮਿਹਰ ਜੀ ਫਿਰ ਰਣਜੀਤ ਰਾਣਾ, ਇਹਨਾਂ ਨੇ ਇੱਕ ਆਪਣੇ ਸਿੰਗਰ ਰਣਜੀਤ ਰਾਣਾ ਜੀ ਜੀ ਫੇਮਸ ਹਾਂ ਜੀ, ਉਹਨਾਂ ਦਾ ਗੀਤ ਸੀਗਾ ਇਹ ਹੱਥ ਜੋੜ ਕੇ ਕਹਿੰਦੇ ਚੇਤੇ ਆਇਆ ਨਾ ਕਰਨੀ, ਇਹ ਆਪਣਾ ਪਹਿਲਾ ਗੀਤ ਰਿਕਾਰਡ ਹੋਇਆ ਜੀ. ਠੀਕ ਹੈ. ਉਦੋਂ ਦੇਬੀ ਭਾਅ ਜੀ ਨੇ ਉਹਨਾਂ ਨੂੰ ਭੇਜਿਆ ਸੀਗਾ ਆਪਣੇ ਕੋਲ, ਰਣਜੀਤ ਰਾਣਾ ਭਾਅ ਨੂੰ. ਉਹਨਾਂ ਨੂੰ ਕਹਿੰਦੇ ਵੀ ਤੂੰ ਉਹਦੇ ਕੋਲ ਚੱਲ ਜਾ, ਸੁਖਪਾਲ ਕੋਲ ਗੀਤ ਪਿਆ ਇੱਕ. ਠੀਕ ਹੈ. ਮੈਂ ਭਾਅ ਜੀ ਨੂੰ ਸੁਣਾਇਆ ਸੀਗਾ, ਕਹਿੰਦੇ ਵੀ ਚੱਕ ਲਾ ਉਹਦੇ ਕੋਲ ਗੀਤ. ਵੈਰੀ ਗੁੱਡ, ਵਧੀਆ ਗੀਤ ਉਹ ਸੋਹਣਾ ਰਹਿ ਗਿਆ. ਹਾਂਜੀ, ਵਧੀਆ ਸੀ. ਫਿਰ ਮਨਮੋਹਨ ਭਾਅ ਹੋਰਾਂ ਨਾਲ ਕਿਵੇਂ ਸੰਪਰਕ ਬਣਿਆ, ਵਾਰਸ ਭਰਾਵਾਂ ਨਾਲ? ਇਹਦਾ ਨਾ ਜੀ ਫਿਰ ਉਦੋਂ ਬਾਅਦ ਵਿੱਚ ਮੈਨੂੰ 2009 'ਚ, ਹਾਂਜੀ 2009 'ਚ ਫਿਰ ਇਹਦਾ ਨਾ ਸਾਡੇ ਮੈਨੂੰ ਬੜਾ ਜ਼ਿਆਦਾ ਸੰਨ ਚੇਤੇ ਨਹੀਂ ਰਹਿੰਦੇ, ਕਰਨਾ ਪੈਂਦਾ ਜਿੱਥੇ. ਠੀਕ ਹੈ. ਅਤੇ ਉਹ ਜਦੋਂ ਫਿਰ ਇਹਨਾਂ ਨਾਲ ਗੱਲ ਹੋਈ ਤਾਂ ਮੈਂ ਸਾਡੀ ਜਿੱਦਾਂ ਪਹਿਲਾਂ ਵੀ ਇੱਕ ਵਾਰੀ ਮੁਲਾਕਾਤ ਹੋਈ ਸੀਗੀ ਇੱਕ ਸ਼ੋਅ 'ਤੇ, ਮੈਂ ਵੀ ਕਿਉਂਕਿ ਪਹਿਲਾਂ ਸਟੇਜ ਸ਼ੋਅ ਕਰਦਾ ਸੀਗਾ, ਅਸੀਂ ਇਕੱਠੇ ਸੀਗੇ. ਅੱਛਾ ਜੀ. ਮੈਂ ਮਨਮੋਹਨ ਭਾਈ ਨੂੰ 6 ਗੀਤ ਦਿੱਤੇ, ਮੈਂ ਕਿਹਾ ਭਾਅ ਜੀ ਆਹ ਮੈਂ ਲਿਖਦਾ ਹੈ ਨਾ, ਉਹਦੇ ਕੈਬਿਨ 'ਚ ਬੈਠਿਆ ਨਹੀਂ. ਠੀਕ ਹੈ ਜੀ. ਇਹਨਾਂ ਨੇ ਸਾਰੇ 6 ਗੀਤ ਪੜ੍ਹੇ ਤਾਂ ਵਿੱਚੋਂ 2 ਲੈਣਾ ਕੱਢ ਤੇ, ਮੈਨੂੰ ਕਹਿੰਦੇ ਤੇਰੀ ਆਹ ਵਧੀਆ, ਬਾਕੀ ਠੀਕ ਠਾਕ ਆ. 6 ਦੇ 6 ਰਿਜੈਕਟ ਆ. ਅੱਛਾ ਜੀ. ਉਹਨਾਂ ਵਿੱਚੋਂ ਸਿਰਫ 2 ਲੈਣਾ ਵਧੀਆ, ਇਹਨਾਂ 'ਤੇ ਗੀਤ ਲਿਖਦੇ. ਠੀਕ ਹੈ. ਅਤੇ ਫਿਰ ਵਧੀਆ ਨਾ, ਫਿਰ ਮੈਂ ਠੀਕ ਆ ਜੀ ਮੈਂ ਕਹਿੰਦਾ. ਫਿਰ ਉਦੋਂ ਬਾਅਦ 'ਚ ਫਿਰ ਉਦੋਂ ਬਾਅਦ 2 ਸਾਲ ਬਾਅਦ ਅਸੀਂ ਫਿਰ ਮਿਲੇ. ਫਿਰ 6 ਗੀਤ ਦਿੱਤੇ, 6 ਸਿਲੈਕਟ ਹੋਏ. ਉਹਨਾਂ ਵਿੱਚ ਮਹਿਸੂਸ ਸੀ, ਕਹਿੰਦੀ ਇੱਦਾਂ ਚੇਤੇ ਕਰੀ ਪਤਾ ਕਿਸੇ ਨੂੰ ਨਾ ਲੱਗੇ. ਅਤੇ ਬਨੇਰਾ ਚੇਤੇ ਆ ਗਿਆ ਤਾਂ ਇੱਥੇ ਆ ਕੇ ਦਿੱਤਾ ਮੈਂ, ਪਰ ਉਹ ਵਿੱਚ ਹੋਰ ਅਜੇ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ. ਇਹ ਵੀ ਉਹਨਾਂ ਵਿੱਚ ਹੀ ਸੀਗਾ. ਅਤੇ ਪਰ ਉਦੋਂ 6 ਗੀਤ ਫਿਰ ਭਾਅ ਜੀ ਉਹਨਾਂ ਨੇ ਰੱਖ ਲਿਆ. ਮੈਨੂੰ ਕਹਿੰਦੇ ਵੀ ਸ਼ਾਬਾਸ਼, ਵੀ ਇੱਕ ਮੁਲਾਕਾਤ ਆਪਣੀ ਯਾਦਗਾਰੀ ਮੁਲਾਕਾਤ ਬਣ ਜਾਣੀ ਆ, ਹੈ ਨਾ. ਸੋ ਸੁਖਪਾਲ, ਉਹ ਜਿਹੜੇ 2 ਸਾਲ ਦਾ ਗੈਪ ਸੀ ਨਾ, ਤੁਸੀਂ ਕਹਿੰਦੇ ਪਹਿਲਾਂ ਜਦੋਂ 6 ਗੀਤ ਦਿਖਾਏ ਉਹ 'ਚੋਂ 2 ਲੈਣਾ ਹੀ ਸਿਰਫ ਉਹਨਾਂ ਨੇ ਪਸੰਦ ਕੀਤੀਆਂ. ਹਾਂਜੀ. ਫਿਰ ਤੁਸੀਂ 2 ਸਾਲ ਬਾਅਦ ਮਿਲੇ. 2 ਸਾਲ ਬਾਅਦ. ਇਨ ਬਿਟਵੀਨ ਕਿਸੇ ਹੋਰ ਕਲਾਕਾਰ ਨਾਲ ਨਹੀਂ ਬਾ ਵਾਸਤਾ ਪਿਆ, ਕਿਸੇ ਹੋਰ ਨੂੰ ਨਹੀਂ ਮਿਲੇ ਤੁਸੀਂ? ਨਹੀਂ ਭਾਅ ਜੀ, ਮੈਂ ਮਿਲਿਆ ਨਹੀਂ. ਠੀਕ ਹੈ ਜੀ. ਮੈਨੂੰ ਦੇਬੀ ਭਾਅ ਜੀ ਨੇ, ਜਦੋਂ ਮੈਂ ਇੱਕ ਵਾਰੀ ਗਿਆ ਸੀਗਾ ਜੀ, ਮੈਂ ਲੁਧਿਆਣੇ ਆਪਣੀ ਲਾਈਫ 'ਚ ਇੱਕੋ ਵਾਰੀ ਗਿਆ ਜ਼ਿੰਦਗੀ 'ਚ. ਠੀਕ ਹੈ ਜੀ. ਅਤੇ ਜਦੋਂ ਮੈਂ ਉੱਥੇ ਗਿਆ, ਜਦੋਂ ਆਫਿਸ ਸਾਰੇ ਕਲਾਕਾਰਾਂ ਦੇ, ਉਦੋਂ ਲੁਧਿਆਣੇ ਬਹੁਤ ਵਧੀਆ ਗਿਆ, ਪਰ ਉਦੋਂ ਜਦੋਂ ਇੱਕ ਸਪੈਸ਼ਲ ਜਿੱਦਾਂ ਮੇਰੇ ਸਾਡੇ ਰਿਸ਼ਤੇਦਾਰ ਸੀ ਉਹ ਮੈਨੂੰ ਨਾਲ ਲੈ ਕੇ ਗਏ, ਅਤੇ ਅਸੀਂ ਸਾਰਿਆਂ ਦੇ ਜਿੱਦਾਂ ਜਾਂ ਚੁਬਾਰਿਆਂ 'ਤੇ ਬਹੁਤ ਘੁੰਮੇ, ਹੈ ਨਾ, ਸਾਰਿਆਂ ਦੇ ਗਏ. ਅਤੇ ਹੁਣ ਮੈਂ ਨਾਮ ਨਹੀਂ ਲੈਣਾ, ਇੱਕ ਬਹੁਤ ਚੜ੍ਹਾਈ ਸੀ ਉਦੋਂ ਉਸ ਸਿੰਗਰ ਦੀ. ਅਸੀਂ ਉਹਨਾਂ ਦੇ ਆਫਿਸ ਗਏ ਤਾਂ ਉੱਥੇ ਉਹ ਜਿਹੜਾ ਮੈਨੇਜਰ ਸੀ ਉਹਨਾਂ ਦਾ ਆਪਣੀ ਬੇਟੀ ਨੂੰ ਪੜ੍ਹਾ ਰਿਹਾ ਸੀ ਨਾ. ਮੈਂ ਜਾ ਕੇ ਡੈਰੀ, ਮੈਂ ਕਿਹਾ ਜੀ ਆਹ ਮੈਂ ਰਾਈਟਰ ਹਾਂ ਜੀ, ਮੈਂ ਲਿਖਦਾ ਹੁੰਦਾ. ਉਹਨਾਂ ਨੇ ਡੈਰੀ ਚੱਕ ਕੇ ਦੇਖੇ ਤੋਂ ਬਣਾਏ ਮੇਰੇ ਚੱਕ ਕੇ ਮੋਹਰੇ ਮਾਰੇ, ਕਹਿੰਦੇ ਵੀ ਕਹਿੰਦੇ ਕੱਲ੍ਹ ਦਾ ਯਾਰ ਜਵਾਕ ਜਾਂ ਤੂੰ ਕੀ ਲਿਖਦਾ ਹੋਊਗਾ ਨਾ. ਅਤੇ ਫਿਰ ਮੈਨੂੰ ਬਾਅਦ ਵਿੱਚ ਮੈਂ ਦੇਵੀ ਭਾਅ ਜੀ ਨੂੰ ਮਿਲ ਗਿਆ, ਫਿਰ ਭਾਅ ਜੀ ਕਹਿੰਦੇ ਵੀ ਕਿਸੇ ਕੋਲ ਜਾਣਾ ਨਹੀਂ, ਜੇ ਤੇਰੇ 'ਚ ਕੁਛ ਹੋਊਗਾ ਬਾਬਾ ਮਿਹਰ ਕਰੂ. ਫਿਰ ਬਾਬੇ ਨੇ ਕਰਤੀ ਮਿਹਰ ਜੀ. ਸੁਖਪਾਲ ਜੀ, ਇੱਕ ਗੱਲ ਮੈਂ ਚੱਲਦੀ ਗੱਲ ਦੇ ਵਿੱਚ ਗੱਲ ਹੋ ਜਾ ਰਹੀ ਆ. ਹਾਂਜੀ. ਕਿਉਂਕਿ ਇਕੱਲੇ ਤੁਸੀਂ ਨਹੀਂ, ਉੱਥੇ ਹੋਰ ਵੀ ਮੈਂ ਬਹੁਤ ਸਾਰੀਆਂ ਟ੍ਰੈਜਡੀਆਂ ਸੁਣੀਆਂ ਕਿ ਗੀਤ ਰੱਖ ਲੈ ਜਾਂ ਗੀਤ ਕਿਸੇ ਦੇ ਨਾਂ ਥੱਲੇ ਕਰਵਾ ਤੇ. ਬਿਲਕੁਲ. ਬਹੁਤ ਸਾਰੀਆਂ ਗੱਲਾਂ, ਸ਼ਾਇਦ ਕਿਤੇ ਇਹੀ ਵਜ੍ਹਾ ਤਾਂ ਨਹੀਂ ਉਹਨਾਂ ਨੇ ਨੌਜਵਾਨ ਜਿਹੜੇ ਉੱਭਰ ਰਹੇ ਰਾਈਟਰ ਸੀ ਉਹਨਾਂ ਨੂੰ ਦੁਖੀ ਕੀਤਾ ਅਤੇ ਅੱਜ ਉਹ ਚੁਬਾਰੇ ਬੇਰਾਨ ਹੋ ਗਏ ਆ? ਇਹ ਕਹਿ ਨਹੀਂ ਸਕਦੇ ਜੀ. ਹੁਣ ਕਦੇ ਉਹ ਬੋਰਡ ਦੇਖੇ ਨਹੀਂ, ਆਪਾਂ ਲੰਘਦੇ ਲੁਧਿਆਣੇ ਜਾਂਦੇ, ਹੁਣ ਵੀ ਜਾਂਦੇ ਹਾਂ, ਲੁਧਿਆਣੇ ਤਾਂ ਜਾਈਦਾ ਹੀ ਆ. ਅਤੇ ਬਾਕੀ ਪਤਾ ਨਹੀਂ ਜੀ, ਉਹ ਉਹਨਾਂ ਦੀ ਉਹਦੇ ਵਿੱਚ ਖੁਸ਼ ਆ, ਅਸੀਂ ਆਪਣੀ ਮਸਤੀ 'ਚ ਹੀ ਹੁਣ ਠੀਕ ਆ ਜੀ ਸਾਰਾ ਕੁਝ. ਤਾਂ ਸੁਖਪਾਲ ਜੀ, ਅੱਜ ਕੱਲ੍ਹ ਫਿਰ ਕੀ ਹੋ ਰਿਹਾ? ਅੱਜ ਇਹ ਤਾਂ ਪੁਰਾਣੀ ਗੱਲ ਸੀ ਜਿਸਦੇ ਵਿੱਚ ਸੁਖਪਾਲ ਔਜਲਾ ਇੱਕ ਬਹੁਤ ਵੱਡਾ ਸ਼ਹਿਰ ਹੋਇਆ, ਜਿਨ੍ਹਾਂ ਦੇ ਗੀਤ ਮਨਮੋਹਨ ਭਾਅ ਜੀ ਹੋਰਾਂ ਨੇ ਗਾਏ, ਗੀਤ ਵੀ ਬੇਮਿਸਾਲ, ਬੜੇ ਹਿੱਟ, ਸੁਪਰ ਹਿੱਟ, ਸੰਗਤਾਰ ਹੋਣਾ ਦਾ ਸੰਗੀਤ ਅਤੇ ਬਾ ਲਾਜਵਾਬ, ਜਾਣੀ ਕਿ ਗੀਤ ਪੂਰੇ ਭਿੜਕੇ ਆਏ, ਕਿਉਂਕਿ ਮਨਮੋਹਨ ਭਾਅ ਜੀ ਹੋਰਾਂ ਦੀ ਐਲਬਮ ਦੇ ਵਿੱਚ ਸਦਾ ਹੀ ਵਧੀਆ ਤੋਂ ਵਧੀਆ ਰਾਈਟਰ, ਅਤੇ ਉਹ ਵੀ ਵਧੀਆ ਰਾਈਟਰਾਂ ਦੇ ਵੀ ਗੀਤ ਚੁਣ ਚੁਣ ਕੇ ਉਹਨਾਂ ਨੇ ਸਦਾ ਪਾਏ ਆ. ਉਸੇ ਮਤਲਬ ਤੁਸੀਂ ਮਤਲਬ ਖਹਿ ਖਹਿ ਕੇ ਚੱਲੋ ਨਾਲ ਹਮਰ ਕਾਵ ਦੇ ਮਾਨ ਸਾਹਿਬ ਦੀਆਂ ਲਾਈਨਾਂ, ਅਤੇ ਉਹ ਪੂਰਾ ਖਹਿ ਕੇ ਤੁਸੀਂ ਆਏ ਅਤੇ ਗੀਤ ਵੀ ਪੂਰੇ ਹਿੱਟ ਹੋਏ ਆ. ਸੋ ਅੱਜ ਦੇ ਦੌਰ ਦੇ ਵਿੱਚ ਹੁਣ ਮੌਜੂਦਾ ਸਥਿਤੀ ਦੇ ਵਿੱਚ ਕੀ ਕਰ ਰਹੇ ਹੋ? ਮੈਂ ਹੁਣ ਭਾਅ ਜੀ ਜਿੱਦਾਂ ਸਿੰਗਿੰਗ ਵਿੱਚ ਆ ਗਿਆ, ਹੈ ਨਾ, ਹੁਣ ਅੱਗੇ ਪਹਿਲੋਂ ਸੀਗਾ ਵੀ ਆਪਾਂ ਮੈਂ ਲਿਖਣ ਨੂੰ ਜ਼ਿਆਦਾ ਵੱਧ ਟਾਈਮ ਦਿੰਦੇ ਸੀਗੇ ਜਾਂ ਕਿੱਦਾਂ, ਹੁਣ ਇਹ ਆ ਵੀ ਵੰਡਵਾਂ ਟਾਈਮ ਆ ਗਿਆ, ਜ਼ਿਆਦਾ ਮੇਰਾ ਹੁਣ ਫੋਕਸ ਸਿੰਗਿੰਗ 'ਤੇ ਹੀ ਆ, ਹੈ ਨਾ. ਇੱਕ ਗੀਤ ਆਇਆ ਸੀ ਆਪਣਾ ਪਹਿਲਾਂ ਗੀਤ ਆ ਕੇ ਗਿਆ, ਨੰਬਰ ਪੁਰਾਣਾ ਹੀ ਚੱਲਦਾ, ਉਹਨੂੰ ਸੋਹਣਾ ਪਿਆਰ ਮਿਲਿਆ, ਹੈ ਨਾ, ਸਾਰਿਆਂ ਨੇ ਪਸੰਦ ਕੀਤਾ. ਅਤੇ ਹੁਣ ਇੱਕ ਸੈਲਫੀ ਆ ਰਿਹਾ, ਉਹਦੀ ਵੀਡੀਓ ਬਣ ਗਿਆ ਜੀ, ਮਿਊਜ਼ਿਕ ਪ੍ਰਿੰਸ ਘੁੰਮਣ ਜੀ ਦਾ ਆ, ਅਤੇ ਵੀਡੀਓ ਸੁਪਰੀਮ ਸਿੰਘ ਨੇ ਕੀਤੀ ਆ, ਇੱਥੇ ਵੈਨਕੂਵਰ ਸ਼ੂਟ ਹੋਈ ਆ. ਠੀਕ ਹੈ. ਅਤੇ ਇੱਕ ਹੋਰ ਨਾਮ ਲੈਣੇ ਬਣਦੇ ਆ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ, ਸਪੋਂਸਰ ਆਪਣੇ ਕਹਿ ਲਓ, ਹੈ ਨਾ. ਜਿਹੜੇ ਪਹਿਲਾਂ ਗੀਤ ਸੀਗਾ ਆਪਣੇ ਗੀਤ ਕੀਤੇ ਆ, ਉਹ ਆਪਣੇ ਹੈ ਕੈਲੀਫੋਰਨੀਆ ਤੋਂ, ਜਿੱਦਾਂ ਜਾਂ ਚੀਮਾ ਟਰੈਕਿੰਗ. ਠੀਕ ਹੈ. ਅਤੇ ਹੁਣ ਇੱਥੇ ਆਪਣੇ ਹੈਗੇ ਆ ਟਾਇਰ ਕਿੰਗ ਵਾਲੇ ਦੀਪ ਚੀਮਾ. ਠੀਕ ਹੈ ਜੀ. ਅਤੇ ਇਹ ਗੀਤ ਨੂੰ ਉਹ ਸਪੋਂਸਰ ਕਰ ਰਿਹਾ ਜੀ ਆਪਣੇ ਇੱਕ ਸੈਲਫੀ ਨੂੰ.
ਖੈਰੇ ਮੈਂ ਅਗਾਂਹ ਜਾ ਕੇ ਤੁਹਾਨੂੰ ਪੁੱਛਣਾ, ਤੁਸੀਂ ਵਧੀਆ ਪਹਿਲਾਂ ਹੀ ਜਵਾਬ ਦੇ ਦਿੱਤਾ, ਪਰ ਫਿਰ ਵੀ ਹਾਂਜੀ ਸਵਾਲ ਤਾਂ ਇਹ ਹੈ ਕਿ ਜਿਵੇਂ ਕਿ ਅੱਜ ਦੇ ਦੌਰ ਦੇ ਵਿੱਚ ਪਹਿਲਾਂ ਤਾਂ ਜਿਵੇਂ ਟੀ ਸੀਰੀਜ਼ ਕੰਪਨੀ ਜੋ ਮਿਲੀ ਸੁਰਤ ਦੀਆਂ ਵੀ ਗੱਲਾਂ, ਹਾਂਜੀ ਹਾਂਜੀ, ਉਹ ਆਰਟਿਸਟ ਨੂੰ ਮਿਊਜ਼ਿਕ ਡਾਇਰੈਕਟਰ ਨੂੰ ਪੈਸੇ ਵਗੈਰਾ ਦੇਣ ਦੇ ਸੀਗੇ, ਹਾਂਜੀ, ਅਤੇ ਹੁਣ ਤਾਂ ਉਹ ਖੇਡ ਰਹੀ ਨਹੀਂ, ਕਲਾਕਾਰ ਆਪਣੇ ਆਪ 'ਤੇ ਆਪ ਪੈਸੇ ਲਾਉਂਦਾ, ਬਿਲਕੁਲ, ਪਰ ਤੁਸੀਂ ਬੜੇ ਲੱਕੀ ਆ ਭਾਗਾਂ ਵਾਲਿਆਂ ਕਿ ਤੁਹਾਡੇ ਕੋਲ ਸਪੌਂਸਰ ਹੈ ਗਏ, ਨਹੀਂ ਤਾਂ ਬਾਹਵਾਂ ਜੀ ਮੇਰੀਆਂ ਉਹ, ਠੀਕ ਹੈ, ਉਹ ਉਹਨਾਂ ਨੂੰ ਇੱਕੋ ਹੀ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸਾਰਿਆਂ ਨਾਲ ਬੈਠੇ ਵੀ ਅਸੀਂ ਗੱਲ ਕਰੀ ਦੀ ਆ, ਉਹ ਜਦੋਂ ਵੀ ਕੋਈ ਜਾਣੀ ਕਿਤੇ ਮਿਲਦੇ ਸਾਨੂੰ ਨਾ, ਉਹ ਇਹੀ ਗੱਲ ਕਹਿੰਦੇ ਆ ਵੀ ਤੈਨੂੰ ਅਸੀਂ ਇਸ ਲਾਈਨ 'ਚ ਦੇਖਣਾ ਚਾਹੁੰਦੇ ਹਾਂ ਵੀ ਤੂੰ ਸਿੰਗ, ਤੂੰ ਗਾ, ਅਸੀਂ ਤੇਰੇ ਨਾਲ ਖੜ੍ਹੇ ਹਾਂ, ਹੈ ਨਾ, ਅਤੇ ਉਹ ਜਿਹੜੀਆਂ ਬਾਹਾਂ ਆ ਬਾਕੀ ਹਮੇਸ਼ਾ ਮੇਰੇ ਨਾਲ ਆ, ਪਹਿਲਾਂ ਵੀ ਨਾਲ ਸੀ, ਹੁਣ ਵੀ ਨਾਲ ਆ, ਨਾ ਬਾਬਾ ਕਰੋ ਨਾਲ ਹੀ ਰਹਿਣਗੀਆਂ, ਇਸ ਖਾਲ ਉਹ ਤੁਹਾਡੇ ਨਾਲ ਆ ਜਾਂ ਤੁਹਾਡੇ ਲਫ਼ਜ਼ਾਂ ਦੇ ਨਾਲ ਆ ਜਾਂ ਤੁਹਾਡੇ ਜ਼ਿਹਨ ਦੇ ਨਾਲ ਆ ਜਾਂ ਤੁਹਾਡੀ ਆਵਾਜ਼ ਦੇ ਨਾਲ ਆ, ਇਹ ਵੀ ਮਾੜਾ ਜਿਹਾ ਕਲੀਅਰ ਕਰ। ਮੈਂ ਕਹਿੰਦਾ ਜੀ ਜਿਹੜੀ ਮੇਰੀ ਸੋਚਣੀ ਇਹ ਕਹਿੰਦੀ ਆ, ਜਿੱਦਾਂ ਕਹਿੰਦੇ ਨਹੀਂ ਕਿਸੇ ਲਈ ਆਪਾਂ ਕਹਿੰਦੇ ਬੰਦਾ ਰੱਬ ਬਣ ਕੇ ਆਉਂਦਾ, ਰੱਬ ਦੇ ਰੂਪ 'ਚ ਆਉਂਦਾ, ਹੈ ਨਾ ਜੀ, ਉਹ ਬੰਦੇ ਮੈਂ ਤਾਂ ਇਹ ਕਹੂੰਗਾ ਵੀ ਮੇਰੇ ਲਈ ਰੱਬ ਹੀ ਆ, ਰੱਬ ਦੇ ਰੂਪ 'ਚ ਹੀ ਆ ਰਹੇ ਆ ਜਿਹੜੇ ਮੇਰੀ ਸਪੋਰਟ ਕਰ ਰਹੇ, ਹੈ ਨਾ, ਵੀ ਨਹੀਂ ਇੱਦਾਂ ਨਹੀਂ ਤੂੰ ਇੱਦਾਂ ਕਰ, ਹੈ ਨਾ, ਵੀ ਆਪਾਂ ਤੇਰੇ ਨਾਲ ਆ, ਨਾਲ ਹੀ ਹੌਸਲਾ, ਫਿਰ ਤੁਹਾਨੂੰ ਪਤਾ ਹੌਸਲੇ ਬੁਲੰਦ ਹੋ ਜਾਂਦੇ ਆ ਜੀ। ਵੈਰੀ ਗੁੱਡ। ਸੋ ਸੁਖਵਾਲ, ਜਿਹੜਾ ਤੁਸੀਂ ਆ ਗੀਤ ਦਾ ਜ਼ਿਕਰ ਕੀਤਾ ਆ ਰਿਹਾ, ਸੁਪਰੀਮ ਸਿੰਘ ਨੇ ਜਿਹੜੀ ਵੀਡੀਓ ਕੀਤੀ ਆ ਪ੍ਰਿੰਸ ਦਾ ਮਿਊਜ਼ਿਕ ਹੈ, ਹਾਂਜੀ, ਸੋ ਉਹਦੇ ਕੁਝ ਕਬੂਲ ਹੋ ਜਾਣਗੇ ਆਉਣ ਤੋਂ ਪਹਿਲਾਂ ਥੋੜ੍ਹਾ ਜਿਹਾ, ਹਾਂਜੀ ਹਾਂਜੀ, ਤੈਨੂੰ ਪਤਾ ਲੱਗ ਜਾਏ ਕਿ, ਹਾਂਜੀ ਹਾਂਜੀ, ਮੈਂ ਸਥਾਈ ਜਾਂ ਤਾਂ ਸੁਣਾ, ਹਾਂਜੀ। ਜੇ ਇੱਕ ਸੈਲਫੀ, ਜੇ ਇੱਕ ਸੈਲਫੀ ਤੇਰੇ ਨਾਲ ਖਿਚਾ ਲੈਂਦਾ, ਜਦ ਚੇਤੇ ਆਉਂਦੀ ਘੁੱਟ ਕੇ ਦਿਲ ਨਾਲ ਲਾ ਲੈਂਦਾ, ਜਦ ਤੂੰ ਪਹਿਲੀ ਵਾਰ ਮਿਲੀ ਸੀ ਫੜਿਆ ਸੀ ਹੱਥ ਤੇਰਾ, ਲੇਲਣ ਦੇ ਕੁੜਤੇ 'ਤੇ ਲੱਗਿਆ ਕੀਤਾ ਮੇਕਅਪ ਤੇਰਾ, ਗਿਣਤੀ ਕਰਨੀ ਗਿਣਤੀ ਕਰਨੀ ਔਖੀਆਂ ਮੁਲਾਕਾਤਾਂ ਦੀ, ਸਾਰੀਆਂ ਵਿੱਚੋਂ ਇੱਕ ਤਾਂ ਅਹਿਮ ਬਣਾ ਲੈਂਦਾ, ਜੇ ਇੱਕ ਸੈਲਫੀ ਤੇਰੇ ਨਾਲ ਖਿਚਾ ਲੈਂਦਾ, ਜਦ ਚੇਤੇ ਆਉਂਦੀ ਘੁੱਟ ਕੇ ਦਿਲ ਨਾਲ ਲਾ ਲੈਂਦਾ। ਵਾਹ ਜੀ ਵਾਹ, ਇਹ ਆ ਜੀ। ਸੋ ਮੈਨੂੰ ਲੱਗਦਾ ਜੀ ਕਿ ਅੱਜ ਦੇ ਦੌਰ ਦੇ ਵਿੱਚ ਇੰਗਲਿਸ਼ ਦੇ ਲਫ਼ਜ਼ ਗੀਤ ਨੂੰ ਥੋੜ੍ਹਾ ਜਿਹਾ ਮਾਡਰਨ ਵੀ ਕਰਦੇ ਆ, ਅਤੇ ਜਿਹੜੇ ਨਵੀਂ ਪਨੀਰੀ ਆ ਉਹਨੂੰ ਵੀ ਇਹ ਚੰਗਾ ਲੱਗਦਾ, ਇਹ ਦਰੁਸਤ ਇੱਦਾਂ ਮੈਂ ਜੋ ਕਿਹਾ, ਠੀਕ ਹੈ, ਹਾਂਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜੇ ਜੋ ਵੀ ਆਪਣੇ ਮਤਲਬ ਸਟੂਡੈਂਟ ਆ ਜਾਂ, ਕਿਉਂਕਿ ਲਿਖਣ, ਚਲੋ ਆਪਾਂ ਹੁਣ ਮਹਿਸੂਸ ਵੀ ਜਾਂ ਪਹਿਲਾਂ ਆਏ ਕਿਤੇ ਨਾ ਕਿਤੇ, ਕਈ ਵਾਰੀ ਇੱਦਾਂ ਦਾ ਵੀ ਵਧੀਆ ਜਿਹੜਾ ਲੋਕ ਪਸੰਦ ਕਰਦੇ ਆ ਜਾਂ ਕਿੱਦਾਂ, ਹੈ ਨਾ, ਬਾਕੀ ਬਾਬੇ ਦੇ ਹੱਥ ਆ ਜੋ ਵੀ ਹੋਣਾ, ਹੈ ਨਾ, ਆਪਣੇ ਵੱਲੋਂ ਤਾਂ ਇਹੀ ਕੋਸ਼ਿਸ਼ ਹੁੰਦੀ ਵੀ। ਸੋ ਦੇਖੋ ਜਿਵੇਂ ਤੁਸੀਂ ਦੱਸਿਆ ਵੀ ਕਾਫੀ ਗੀਤ ਲਾਈਨ ਅਪ ਆ, ਆਹ ਗੀਤ ਸੁਪਰੀਮ ਸਿੰਘ ਪ੍ਰਿੰਸ ਹੋਰਾਂ ਨਾਲ ਆ ਰਿਹਾ, ਹਾਂਜੀ, ਇੰਨੇ ਜਦੋਂ ਗੀਤ ਆ ਜਾਂਦੇ ਆ ਮਾਰਕੀਟ ਦੇ ਵਿੱਚ ਤਾਂ ਨੰਬਰ ਪੜਾਉਣਾ ਲੱਗਦਾ, ਗੀਤ ਵੀ ਹਿੱਟ ਆ, ਵਧੀਆ ਲੋਕਾਂ ਨੇ ਉਹਨੂੰ ਪਿਆਰ ਦਿੱਤਾ, ਬਿਲਕੁਲ, ਤਕਰੀਬਨ ਸਾਰੇ ਹੀ ਨੌਰਥ ਅਮੈਰੀਕਾ ਦੇ ਚੈਨਲਾਂ 'ਤੇ ਜਦੋਂ ਗੀਤ ਚੱਲਿਆ, ਹਾਂਜੀ, ਜਦੋਂ ਇੰਨੀ ਪਾਪੂਲੈਰਿਟੀ ਆਰਟਿਸਟ ਦੀ ਹੋ ਜਾਂਦੀ ਆ, ਮਸ਼ਹੂਰ ਤਾਂ ਤੁਸੀਂ ਪਹਿਲੇ ਸੀਗੇ, ਹੁਣ ਗਾਇਕਾ ਵੀ ਗਾਇਕ ਦੇ ਤੌਰ 'ਤੇ ਵੀ ਮਸ਼ਹੂਰ ਹੋ ਗਏ ਆ, ਪ੍ਰੋਗਰਾਮ ਕਿੰਨੇ ਕੁ ਪੈ ਰਿਹਾ, ਕਹਾਂ ਕੋਈ ਸਟੇਜ ਵਗੈਰਾ ਪ੍ਰੋਗਰਾਮ ਤੁਸੀਂ ਮੁਕੰਮਲ ਤੌਰ 'ਤੇ ਕਰ ਰਹੇ ਹੋ ਜਾਂ ਅਜੇ ਨਹੀਂ? ਨਹੀਂ ਮੈਂ ਜਾ ਰਿਹਾ ਜੀ, ਮੈਂ ਜਿੱਦਾਂ ਆਸਟ੍ਰੇਲੀਆ ਜਾ ਰਿਹਾ ਨੈਕਸਟ ਈਅਰ, ਪਰ ਮੈਂ ਇਸ ਸਾਲ ਜਾਣਾ ਸੀਗਾ ਕਿਉਂਕਿ ਮੈਂ ਅਮੈਰੀਕਾ ਦੀ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ, ਠੀਕ ਹੈ ਜੀ, ਅਤੇ ਉਹਦੇ ਕਰਕੇ ਮੈਂ ਕਹਿੰਦਾ ਨਹੀਂ ਵੀ ਹੁਣ ਦੂਜਾ ਪਾਸਪੋਰਟ ਲੈ ਕੇ ਜਾਣਾ, ਵੀਜ਼ਾ ਲੈਣ ਦੀ ਵੀ ਲੋੜ ਨਹੀਂ ਰਹਿਣੀ, ਹੈ ਨਾ, ਠੀਕ ਹੈ, ਅਤੇ ਮੈਂ ਜਾ ਰਿਹਾ ਨੈਕਸਟ ਈਅਰ ਆਸਟ੍ਰੇਲੀਆ ਜਾਊਂਗਾ, ਫਿਰ ਬਾਅਦ 'ਚੋਂ ਇੰਡੀਆ ਤਾਂ ਪਤਾ ਹੀ, ਉਹ ਤਾਂ ਆਪਣਾ ਹੀ ਆ, ਪਿਆਰ ਵਧੀਆ, ਉੱਥੇ ਜਾ ਕੇ ਇੰਡੀਆ ਕਰੋਗੇ ਪ੍ਰੋਗਰਾਮ? ਬਿਲਕੁਲ ਜੀ ਬਿਲਕੁਲ, ਇੰਡੀਆ 'ਚ ਕਰਾਂਗੇ, ਹਾਂਜੀ, ਠੀਕ ਹੈ, ਅਤੇ ਮਤਲਬ ਆਸਟ੍ਰੇਲੀਆ ਤੁਹਾਡੇ ਇਕੱਲਿਆਂ ਦੇ ਸ਼ੋਅਜ਼ ਹੈ ਜਾਂ ਕਿਸੇ ਹੋਰ ਆਰਟਿਸਟ? ਨਹੀਂ ਨਾਲ ਆ ਜੀ, ਠੀਕ ਹੈ, ਹੋਰ ਆਰਟਿਸਟ ਹੋਣਗੇ ਨਾਲ, ਐਤਕੀ ਉਹਨਾਂ ਨੇ ਕਿਹਾ ਸੀਗਾ ਮੈਨੂੰ, ਪਰ ਮੈਂ ਉਦੋਂ ਨਾ ਕੀਤੀ ਕਿਉਂਕਿ ਮੇਰੇ ਕੋਲ ਪਾਸਪੋਰਟ ਹਜੇ ਆਪਣਾ ਇੰਡੀਅਨ ਹੀ ਆ, ਅਤੇ ਹੁਣ ਫਿਰ ਸਿਟੀਜ਼ਨ ਹੋ ਜਾਵਾਂਗੇ, ਫਿਰ ਬਾਬਾ ਸੁੱਖ ਰੱਖੇ ਫਿਰ ਜਾਵਾਂਗੇ ਜੀ। ਕਦੀ ਜੀ ਕੀਤਾ ਵੀ ਡਿਊਟੀ ਵੀ ਗਾਈਏ, ਕਿਉਂਕਿ ਉਹਦੀ ਵੀ ਬਹੁਤ ਵੱਡੀ ਮਾਰਕੀਟ ਆ? ਨਹੀਂ ਜੀ, ਠੀਕ ਹੈ, ਸੋਲੋ ਸੋਲੋ ਦੇ ਸੋਲੋ ਵੀ ਠੀਕ ਹੈ ਜੀ, ਠੀਕ ਹੈ, ਹਾਂਜੀ। ਹੋਰ ਸੁਖਵਾਲ, ਜਾਂਦੇ ਜਾਂਦੇ ਗੀਤ ਕੋਈ ਬਹੁਤ ਦਿਲ ਦੇ ਜਿਹੜਾ ਨੇੜੇ ਹੋਵੇ, ਜੇ ਉਹਦੇ ਦੋ ਬੋਲ ਹੋ ਜਾਣ ਤਾਂ ਵਧੀਆ ਹੋ ਜੂ। ਮੈਂ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਗੀਤ ਆਹ ਕਰ ਰਹੇ ਹਾਂ, ਹਾਂਜੀ, ਅਤੇ ਇਸ ਤੋਂ ਬਾਅਦ ਇੱਕ ਗੀਤ ਹੋਰ ਆ, ਇੱਕ ਪਲੈਨ ਕਰ ਰਹੇ ਹਾਂ, ਇੱਕ ਕਿਉਂਕਿ ਜਿਹੜੇ ਆਰਟਿਸਟ, ਤੁਸੀਂ ਵੀ ਆਰਟਿਸਟ ਆ, ਤੁਸੀਂ ਰਾਈਟਰ ਆ, ਜਦੋਂ ਆਪਾਂ ਭਾਅ ਜੀ ਇੱਕ ਇਮੋਸ਼ਨਲ ਜੇ ਬਹੁਤ ਛੇਤੀ ਹੋ ਜਾਂਦਾ, ਛੇਤੀ ਟੁੱਟ ਜਾਂਦੇ, ਹੈ ਨਾ ਜੀ ਜੀ, ਹੁਣ ਜਿਹੜੀ ਮੰਨ ਲਓ ਸਰੀ ਦੇ ਵਿੱਚ ਜਾਂ ਐਵ ਸਪੋਰਟ ਜਿੱਦਾਂ ਗੋਲੀਆਂ ਚੱਲਦੀਆਂ, ਮੁੰਡੇ ਬਹੁਤ ਜ਼ਿਆਦਾ ਦਰਦ ਹੁੰਦਾ, ਹੈ ਨਾ, ਅਤੇ ਉਹਦੇ 'ਤੇ ਗੀਤ ਲਿਖਿਆ ਆ, ਅਤੇ ਉਹ ਆਪਾਂ ਕਰ ਰਹੇ ਹਾਂ ਹੁਣ ਗੀਤ, ਇਦੋਂ ਬਾਅਦ ਇੱਕ ਸੈਲਫੀ ਤੋਂ ਬਾਅਦ ਉਹ ਗੀਤ ਕਰਾਂਗੇ, ਉਹ ਤੁਹਾਨੂੰ ਮੈਂ ਸੁਣਾ ਦਿੰਦਾ ਥੋੜ੍ਹਾ ਜਿਹਾ, ਨਾ, ਜ਼ਰੂਰ ਜੀ, ਬੜਾ ਇਮੋਸ਼ਨਲ ਵਿਸ਼ਾ ਤੁਸੀਂ ਟੱਚ ਕੀਤਾ, ਉਹ ਸੁਣਾਉਣਾ ਜੀ ਇਰਸ਼ਾਦ। ਗੋਲੀ ਚੱਲ ਗਈ ਸ਼ਹਿਰ ਵਿੱਚ ਲੋਕੋ, ਗੋਲੀ ਚੱਲ ਗਈ ਸ਼ਹਿਰ ਵਿੱਚ ਲੋਕੋ, ਗੋਲੀ ਚੱਲ ਗਈ ਸ਼ਹਿਰ ਵਿੱਚ ਲੋਕੋ, ਗੋਲੀ ਚੱਲ ਗਈ ਸ਼ਹਿਰ ਵਿੱਚ ਲੋਕੋ,
ਦੇਖੋ ਕਿਹਦਾ ਪੁੱਤ ਮਾਰਤਾ, ਜਾ ਕੇ ਮਿਲਦਾ ਕੀ ਦੁਨੀਆ ਨੂੰ ਕਿਸੇ, ਘਰ ਦਾ ਚਿਰਾਗ ਬੁਝਾ ਕੇ ਮਿਲਦਾ ਕੀ ਦੁਨੀਆ ਨੂੰ ਕਿਸੇ, ਘਰ ਦਾ ਚਿਰਾਗ ਬੁਝਾ ਕੇ। ਅੱਜ ਤੜਕੇ ਖਬਰ ਇੱਕ ਆਈ, ਅੱਜ ਤੜਕੇ ਖਬਰ ਇੱਕ ਆਈ, ਚੜ੍ਹਦੀ ਵਰੇਸ ਗੱਭਰੂ ਫਬਦਾ ਫਬਦਾ, ਹਾੜਾ ਰੱਬ ਖੈਰ ਕਰੇ ਕਹਿੰਦੇ ਪੁੱਤ ਨਹੀਂ ਕਿਸੇ ਦਾ ਲੱਭਦਾ, ਹਾੜਾ ਰੱਬ ਖੈਰ ਕਰੇ ਕਹਿੰਦੇ ਪੁੱਤ ਨਹੀਂ ਕਿਸੇ ਦਾ ਲੱਭਦਾ।